ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਸੰਗਤਾਂ ਵੱਲੋਂ ਬੜੇ ਹੀ ਸ਼ਰਧਾ ਤੇ ਸਤਕਾਰ ਨਾਲ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਉੱਥੇ ਦੂਸਰੇ ਪਾਸੇ ਸਮਾਜ ਸੁਧਾਰ ਸੰਸਥਾ ਪੰਜਾਬ ਜਥੇਬੰਦੀ ਵੱਲੋਂ ਅਤੇ ਸਿੱਖ ਸੰਗਤਾਂ ਵੱਲੋਂ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣ ਦੇ ਲਈ ਅੰਮ੍ਰਿਤਸਰ ਦੇ ਡੀਸੀ ਦਫ਼ਤਰ ਵਿਖੇ ਇੱਕ ਮੰਗ ਪੱਤਰ ਸੌਂਪਿਆ ਗਿਆ ਇਸ ਦੌਰਾਨ ਉਹਨਾਂ ਦੇ ਵੱਲੋਂ ਅਪੀਲ ਕੀਤੀ ਗਈ ਕਿ ਸ਼ਿਗੁਰ ਰਾਮਦਾਸ ਜੀ ਦੇ ਗੁਰਪ੍ਰੋਪ ਦੇ ਮਤਨਜ਼ਰ ਵੱਡੀ ਗਿਣਤੀ ਵਿੱਚ ਸੰਗਤਾਂ ਸੱਚਖੰਡ ਸ਼ੀਰ ਦਰਬਾਰ ਸੈ ਵਿਖੇ ਮੱਥਾ ਟੇਕਣ ਆਉਣ ਗਿਆ ਤੇ ਰਾਹਸਤੇ ਦੇ ਵਿੱਚ ਜੋ ਮੀਟ ਅਤੇ ਸ਼ਰਾਬ ਦੀਆਂ ਦੁਕਾਨਾਂ ਆਂਦੀਆਂ ਨੇ ਉਹਨਾਂ ਨੂੰ ਪ੍ਰਸ਼ਾਸਨ ਬੰਦ ਕਰਵਾਵੇ ਉਹਨਾਂ ਨੇ ਕਿਹਾ ਹੈ ਕਿ ਇਨ੍ਹਾਂ ਮੀਟ ਅਤੇ ਸ਼ਰਾਬ ਦੀਆਂ ਦੁਕਾਨਾਂ ਦੇ ਨਾਲ ਸਿੱਖ ਸੰਗਤਾਂ ਨੂੰ ਭਾਰੀ ਠੇਸ ਪਹੁੰਚਦੀ ਹੈ ਉਨਾਂ ਨੇ ਕਿਹਾ ਕਿ ਤਾਂ ਚੀ ਗੁਰੂ ਰਾਮਦਾਸ ਜਿਹਦੇ ਗੁਰਪ੍ਰਭ ਤੇ ਵੱਡੀ ਕੀੰਤੀ ਦੇ ਵਿੱਚ ਸੰਗਤਾਂ ਦਰਬਾਰ ਸਹਿ ਵਿਖੇ ਮੱਥਾ ਟੇਕਣ ਆਉਂਦੀਆਂ ਨੇ ਲੇਕਿਨ ਜਦੋਂ ਰਸਤੇ ਦੇ ਵਿੱਚ ਮੀਟ ਤੇ ਸ਼ਰਾਬ ਦੀਆਂ ਦੁਕਾਨਾਂ ਮਿਲਦੀਆਂ ਨੇ ਤਾਂ ਉਸ ਨਾਲ ਅਮਰਸਰ ਸ਼ਹਿਰ ਤੇ ਮਾੜਾ ਪ੍ਰਭਾਵ ਵੀ ਪੈਂਦਾ ਹੈ ਅਤੇ ਨਾਲ ਹੀ ਅਸੀਂ ਇਸ ਕਰਕੇ ਮੰਗ ਕਰਦੇ ਹਾਂ ਕਿ ਅਮਰਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਤੇ ਮੀਟ ਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਵਾਈਆਂ ਜਾਣ। ਸਾਡੀ ਅੱਜ ਇਹ ਰਵਾਤ ਸਦਕਾ ਅੱਜ ਡਿਪਟੀ ਕਮਿਸ਼ਨਰ ਅਮਰਥਰ ਅਸੀਂ ਇੱਕ ਮੰਗ ਪੱਤਰ ਦੇਣ ਆਏ ਹਾਂ। ਕੇ ਸਤਖੰਡ ਸ੍ਰੀ ਹਰਮੰਦਰ ਸਾਹਿਬਰ ਜਾਨਾ ਹੀ ਦੇਸ਼ ਵਿਦੇਸ਼ ਤੋਂ ਲੱਖਾਂ ਸੰਗਤਾਂ ਦਰਸ਼ਨ ਦੇਦਾਰੇ ਕਰਨ ਆਉਂਦੀਆਂ ਹਨ ਬੱਸ ਸਟੈਂਡ ਰੇਲਵੇ ਸਟੇਸ਼ਨ ਆ ਥਾਣੀ ਤੇ ਜਿਹੜੇ ਵੀ ਰਸਤੇ ਥਾਣੀ ਪ੍ਰਵੇਸ਼ ਕਰਨਾ ਸੰਗਤਾਂ ਨੇ ਬਾਸੜੇ ਤੋਂ ਪਹਿਲਾ ਚੌਕ ਹੈ ਚੌਕ ਮਹਾ ਸਿੰਘ ਉੱਥੇ ਦੋ ਸ਼ਰਾਬ ਦੇ ਠੇਕੇ ਸੰਗਤਾਂ ਦੀ ਸਰਦਾਂ ਨੂੰ ਛੱਟ ਮਾਰ ਰਹੇ ਹਨ ਅਤੇ ਮੀਟ ਦੀਆਂ ਦੁਕਾਨਾਂ ਪਾਣ ਬੀੜ ਦੀਆਂ ਦੁਕਾਨਾਂ ਸੰਗਤਾਂ ਦੀ ਸਰਦਾਂ ਨੂੰ ਛੱਟ ਮਾਰੀਆਂ ਹਨ ਇਸੇ ਤਰ੍ਹਾਂ ਹਾਲ ਗੇਟ ਤੇ ਮੱਸੀ ਮੰਡੀ ਦਾ ਬਾਜ਼ਾਰ ਬਣਿਆ ਹੋਇਆ ਹੈ ਦਰਗਾਹਾਂ ਮੰਦਰ ਹਿੰਦੂਆਂ ਦਾ ਤੀਰਥ ਹੈ ਅਤੇ ਤਨਤਨ ਬਾਬਾ ਦੀਪ ਸਿੰਘ ਮਹਾਰਾਜ ਨੂੰ ਜਾਣਾ ਹੋਵੇ ਕਿਸੇ ਵੀ ਰਸਤੇ ਥਾਣੀ ਜਾਣਾ ਹੋਵੇ ਸ਼ਰਾਬ ਦੇ ਠੇਕੇ ਮੀਟ ਦੀਆਂ ਦੁਕਾਨਾਂ ਸੰਗਤਾਂ ਦੀ ਸਰਦਾ ਨੂੰ ਸੱਟ ਮਾਰੀਆਂ ਹਨ ਬੜੀ ਸਰਦਾ ਭਾਵਨਾ ਨਾਲ ਸੰਗਤਾਂ ਨਾਤਮਸਤਨ ਕੋ ਹੋਣ ਆ ਰਹੀਆਂ ਹਨ ਸਵਰਗਾਂ ਦੇ ਘਰ ਪਰ ਸਾਰੇ ਰਸਤੇ ਜਿਹੜੇ ਆ ਇਹਨਾਂ ਪਾਪੀ ਲੋਕਾਂ ਨੇ ਦੁਕਾਨਾਂ ਖੋਲਣ ਵਾਲਿਆਂ ਨੇ ਨਰਕ ਦਾ ਰੂਪ ਧਾਰਨ ਕੀਤਾ ਆਇਆ ਹੈ ਜ਼ਿਲ੍ਹਾ ਪ੍ਰਸ਼ਾਸਨ ਕੁੰਭ ਕਰਨੀ ਨੀਂਦੇ ਸੁੱਤਾ ਪਿਆ ਹੈ ਸੜਕਾਂ ਦਾ ਬਹੁਤ ਮਾੜਾ ਹਾਲ ਹੈ ਜੇਕਰ ਡੀਸੀ ਦੀ ਕੋਠੀ ਦੇ ਲਾਗੇ ਸੜਕ ਹੋਵੇ ਪੁਲਿਸ ਕਮਿਸ਼ਨ ਦੇ ਲਾਗੇ ਕੋਈ ਨਾ ਸ਼ਰਾਬ ਦਾ ਠੇਕਾ ਨਜ਼ਰ ਆਉਂਦਾ ਹੈ ਨਾ ਸੜਕ ਟੁੱਟੀ ਨਜ਼ਰ ਆਉਂਦੀ ਹੈ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਤੁਹਾਡੇ ਘਰਾਂ ਦੇ ਲਾਗੇ ਨਾ ਸ਼ਰਾਬ ਦਾ ਠੇਕਾ ਨਾ ਮੀਟ ਦੀਆਂ ਦੁਕਾਨਾਂ ਨਾ ਪਾਣ ਬੀਜ ਦੀਆਂ ਦੁਕਾਨਾਂ ਤੇ ਗੁਰੂ ਰਾਮਦਾਸ ਮਾਰੇ ਦੇ ਘਰ ਜਿੱਥੇ ਨਤਮਤ ਹੋ ਕੇ ਖੁਸ਼ੀਆਂ ਲੈਂਦੇ ਹੋ ਭਾਗਾ ਵਾਲਿਓ ਉਥੇ ਹਰ ਬਾਜ਼ਾਰ ਦੇ ਵਿੱਚ ਸੰਗਤਾਂ ਦੀ ਸਰਦਾਂ ਨੂੰ ਸ਼ਰਾਬ ਦਾ ਠੇਕਾ, ਮੀਠੀਆਂ ਦੁਕਾਨਾਂ, ਪਾਣ ਬੀਠੀਆਂ ਦੁਕਾਨਾਂ ਸਰਦਾਂ ਨੂੰ ਸੱਟ ਮਾਰੀਆਂ ਹਨ। ਇਹ ਪਾਗਾ ਵਾਲਿਓ, ਇਹ ਡੀਸੀਆਂ, ਉਸ ਵੱਖ-ਵੱਖ ਅਫਸਰ ਜਿਹੜੇ ਬਣੇ ਹੋ, ਆਪਣੀਆਂ ਜ਼ਮੀਰਾਂ ਜਗਾਓ ਤੇ ਜੋ ਤੁਹਾਡੀ ਡਿਊਟੀ ਬਣਦੀ ਹੈ, ਗੁਰੂ ਰਾਮਦਾਸ ਮਾਰੇ ਦੀ ਨਗਰੀ ਦੇ ਵਿੱਚ ਪਵਿੱਤਰਤਾ ਬਹਾਲੀ ਕਰਾਉਣ ਲਈ ਸ਼ਰਾਬ ਦੇ ਠੇਕੇ, ਮੀਠੀਆਂ ਦੁਕਾਨਾਂ, ਪਾਣ ਬੀਠੀਆਂ ਦੁਕਾਨਾਂ ਪੱਕੇ ਤੌਰ ਤੇ ਬੰਦ ਕਰਵਾ ਕੇ ਵੱਖਰੀ ਮਾਰਕੀਟ ਬਣਾਈ ਜਾਵੇ ਤੇ ਤਨਤਨ ਗੁਰੂ ਰਾਮਦਾਸ ਮਾਰੇ ਦਾ ਨਗਰ ਕੀਰਤਨ ਜੋ ਸੰਤ ਬਾਬਾ ਜਵੰਦ ਸਿੰਘ ਜੀ ਹਵਾਈ ਅੱਡੇ ਵਾਲੇ ਉਹਨਾਂ ਦੇ ਨਾਲ ਪਿਆਰ ਰੱਖਣ ਵਾਲੇ ਭਾਈ ਬਲਰਾਜ ਸਿੰਘ ਜੀ ਸਾਰੇ ਪ੍ਰੇਮੀ ਰਾਜਾ ਸਾਸੀ ਤੋਂ ਪਹੁੰਚੇ ਹਨ ਸੋ ਇਸ ਮਾਰਗ ਤੇ ਜੋ ਬਚਨ ਗੁਰੂ ਕੇ ਪਿਆਰੇ ਨੇ ਭੂਮਾ ਸਾਹਿਬ ਜੀ ਨੇ ਕਹੇ ਹਨ ਸੱਚ ਹੈ ਇੱਕ ਹੀ ਬਚਨ ਦੀ ਲੋੜ ਹੈ ਕਿ ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ ਜੇ ਇਸੇ ਗੱਲ ਨੂੰ ਆਪਾਂ ਲੈ ਲਈਏ ਤੇ ਅੰਮ੍ਰਿਤਸਰ ਸਾਹਿਬ ਦੀ ਸਾਰੀ ਪਵਿੱਤਰ ਧਰਤੀ ਜਿਹੜੀ ਹੈ ਉਹ ਗੁਰੂ ਰਾਮਦਾਸ ਮਹਾਰਾਜ ਦੇ ਇਸ ਦਰਬਾਰ ਨੂੰ ਜੋ ਸਜਾਉਣ ਵਾਸਤੇ ਸੋ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਜੋ ਸੇਵਾ ਲਾਈ ਤੇ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਨੇ ਇਹ ਤਾਲ ਖਟਾਇਆ ਤੇ ਗੁਰੂ ਪਿਆਰਿਓ ਇਸ ਪਾਵਨ ਪਵਿੱਤਰ ਧਰਤੀ ਨੂੰ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਦਰਜਾ ਮਿਲਿਆ ਤੇ ਅੱਜ ਆਪਾਂ ਇੱਥੋਂ ਦੇ ਵਸਨੀਕ ਬਣੇ ਜੋ-ਜੋ ਗੱਲਾਂ ਇਹ ਸੱਚ ਨੇ ਕਿ ਸੱਚ ਹੈ ਕਿ ਜਿਹੜੇ ਗੁਰੂ ਘਰ ਨੂੰ ਰਸਤੇ ਜਾਂਦੇ ਹਨ ਉਹਨਾਂ ਰਸਤਿਆਂ ਵਿੱਚ ਇਹ ਸ਼ਰਾਬ ਮਾ ਸਮਾਜ ਸੁਧਾਰ ਸੰਸਥਾ ਦੇ ਵੱਲੋਂ ਇਹ ਮੰਗ ਪੱਤਰ ਡੀਸੀ ਨੂੰ ਸੌਂਪਿਆ ਗਿਆ ਹੈ ਹੁਣ ਵੇਖਣਾ ਹੋਵੇਗਾ ਕਿ ਪ੍ਰਸ਼ਾਸਨ ਇਸ ਮੰਗ ਪੱਤਰ ਦੇ ਉੱਪਰ ਕੋਈ ਕਾਰਵਾਈ ਕਰਦਾ ਹੈ ਜਾਂ ਫਿਰ ਨਹੀਂ ਅੰਮ੍ਰਿਤਸਰ ਤੋਂ ਮੁਕੇਸ਼ ਮਹਿਰਾ ਦੀ ਰਿਪੋਰਟ ਦਾ ਟੀਵੀ ਐਨ ਆਰ ਆਈ